ਗਾਨੀ ਲਿਖ ਦਿਓ ਨਾਮ ਮੇਰਾ ਮਾਫ ਕਰਨਾ ਗੁਰਮੁਖ ਪਿਆਰੋ ਮਨ ਮਤ ਬੋਲੋ ਜੀ ਅਰਦਾਸ ਕਰੋ ਸਿਆਣੇ ਹੋ ਗਏ ਅਸੀਂ ਬੁਲਾਉਣੇ ਜ਼ਰੂਰ ਆ ਗੋਲਕ ਚ ਪਾਏ 4 ਰੁਪਈਏ ਸਾਨੂੰ ਗੁਰਮੁਖ ਪਿਆਰਿਓ ਉਹ ਨੀ ਬਾਬੇ ਨੇ ਦੇਖੇ ਇੱਕ ਗੱਲੋਂ ਅਸੀਂ ਸਿਆਣੇ ਸਿਆਣਪ ਪੜ੍ਹੇ ਲਿਖੇ ਹੋ ਗਏ ਨਾ ਅਸੀਂ ਇੱਕ ਗੱਲ ਨੂੰ ਮੰਨ ਲਿਆ ਵੀ ਬਾਬੇ ਨੂੰ ਸੁਣਦਾ ਬਾਬੇ ਨੂੰ ਦਿਸਦਾ ਨੀ ਹੈਗਾ ਬਾਬੇ ਨੂੰ ਸੁਣਦਾ ਦਿਸਦਾ ਨੀ ਹੈਗਾ ਵੀ ਜੇ 10 ਰੁਪਈਏ ਗੋਲਕ ਚ ਪਾਏ ਉਹ ਨੀ ਗੁਰੂ ਨੇ ਦੇਖੇ ਬਈ ਦੱਸੋ ਜੇ 50-100 ਰੁਪਈਏ ਗੋਲਕ ਚ ਪਾਤਾ ਗੁਰੂ ਸਾਹਿਬ ਨੇ ਦੇਖ ਲਏ ਦਿੱਤੀ ਹੋਈ ਸੇਵਾ ਗੁਪਤ ਪ੍ਰਵਾਨ।